ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਵੀਡੀਓ ਦੇਖਦੇ ਆ ਤੇ ਵੀਡੀਓ ਅੱਜ ਸੁਣੇ ਜ਼ਰੂਰ ਖਾਸ ਮਕਸਦ ਲਈ ਹੀ ਪਾਈ ਆ ਆਪਾਂ ਤੇ ਕਈ ਦਿਨ ਹੋ ਗਏ ਰਿਕਾਰਡਿੰਗ ਸੁਣਦਿਆਂ ਨੂੰ ਹੁਣਾਂ ਦੂਸਰਾਂ ਬਾਰੇ ਵੀ ਦੂਸਰਾਂ ਨਹੀਂ ਹੋਣੀਆਂ ਜਾਂ ਕਿਵੇਂ ਗੱਲਬਾਤ ਪਰ ਮਿਸਗਾਈਡ ਕੀਤਾ ਜਾ ਰਿਹਾ ਆਪਣੇ ਬੰਦਿਆਂ ਨੂੰ ਮਿਸਗਾਈਡ ਕਿਵੇਂ ਕੀਤਾ ਜਾ ਰਿਹਾ ਪਹਿਵੀਂ ਪਹਿਲਾਂ ਬਾਈ ਕੋਰੋਨਾ ਤੋਂ ਪਹਿਲਾਂ ਜਦੋਂ ਇੰਟਰਵਿਊਆਂ ਕੀਤੀਆਂ ਸੀ ਠੀਕ ਆ ਮੈਂ ਵੀ ਪਹਿਲਾਂ ਪਾਈ ਸੀ ਇਹ ਵੀਡੀਓ ਇੰਟਰਵਿਊ ਦੇ ਵਿੱਚ ਵੀ ਜ਼ਿਕਰ ਹੋਇਆ ਸੀਗਾ ਇਹ ਗੱਲ ਦਾ ਤੇ ਹੁਣ ਵੀ ਇਹਹੀ ਗੱਲ ਜ਼ਿਕਰ ਹੋ ਰਿਹਾ ਵੀ ਕੀ ਸੀ ਕਾਰਨ ਮਿਸਕਾੜਾਂ ਹੀ ਕੀਤਾ ਜਾ ਰਿਹਾ ਵੀ ਦੂਸਰਾ ਬੰਦ ਦੂਸਰਾ ਦੂਸਰਾ ਬੰਦ ਵਾਲੀ ਨਹੀਂ ਕਿਸੇ ਨੇ ਕਿਹਾ ਹੈਗਾ ਉਹ ਜਾਣ ਬੁੱਝ ਕੇ ਬੰਦੇ ਨਾਲ ਅਫਵਾਹਾਂ ਫਲਾ ਰਹੇ ਆ ਜੋ ਕੋਈ ਵੀ ਉਹਨਾਂ ਦੀ ਮਾੜੀ ਗੱਲ ਆ ਜੇ ਕਿਸੇ ਨੂੰ ਕੋਈ ਗੱਲ ਬਾਤ ਸਿੱਧੀ ਕਰੋ ਜਾਣ ਬੁੱਝ ਕੇ ਹਵਾ ਫਲਾ ਕੇ ਜਾਂ ਕਿਸੇ ਦੇ ਮੋਢੇ ਧਰ ਕੇ ਨਾ ਚਲਾਓ ਹਨਾ ਤਾਂ ਗੱਲ ਹੋਈ ਸੀਗੀ ਵੀ ਅਪ੍ਰੈਲ ਤੋਂ ਪਹਿਲਾਂ ਬਾਜ਼ੀਆਂ ਨੂੰ ਸੁੱਟਣਾ ਇਹ ਗੱਲ ਕਰੋਨਾ ਤੋਂ ਪਹਿਲਾਂ ਇੰਟਰਵਿਊਆਂ ਦੇ ਵਿੱਚ ਵੀ ਹੋਈ ਆ ਸੁਣਿਓ ਸਾਰੇ ਜਿਹੜੇ ਪਲੇਅਰ ਉਹਨਾਂ ਨੇ ਵੀ ਇਹ ਗੱਲ ਹਾਮੀ ਭਰੇ ਵੀ ਹਾਂ ਯਾਰ ਗੱਲ ਤਾਂ ਸਹੀ ਆ ਸੋਚਣ ਵਾਲੀ ਗੱਲ ਆ ਸੋਚਿਓ ਜ਼ਰੂਰ ਜੇ ਆਪਾਂ ਕਹੀਏ ਵੀ ਦੂਸਰਾ ਤੀਸਰਾ ਬੰਦ ਹੋਣ ਉਹਨਾਂ ਦੀ ਮਾੜੀ ਗੱਲ ਆ ਜਿਹੜੇ ਬੰਦੇ ਇਹ ਕਹਿੰਦੇ ਆ ਕਿਉਂਕਿ ਇਹ ਤਾਂ ਯਾਰ ਪਹਿਲਾਂ ਤੋਂ ਚੱਲਦੀਆਂ ਰਹੀਆਂ ਆਪਣੇ ਇਹਦੇ ਸੀਨੀਅਰ ਪਲੇਅਰ ਆ ਜਿਹੜੇ ਦੁਨੀਆ ਨੂੰ ਅਲਵੇ ਦਾ ਕਹਿਗੇ ਉਹ ਵੀ ਛੱਡਦੇ ਰਿਹਾ ਤਿੰਨ ਚਾਰ ਚਾਰ ਦਿਨ ਕਬੂਤਰ ਡਾਇਆ ਉਹਨਾਂ ਨੇ ਹਾਂ ਪਰ ਹੁਣ ਸਮਾਂ ਸਮੇ ਨੂੰ ਸਮਝਣਾ ਚਾਹੀਦਾ ਸਮੇ ਦੀ ਨਿਯਾਗਤ ਦੇ ਹਿਸਾਬ ਜੇ ਅੱਜ ਆਪਾਂ ਆਪਣੇ ਲੋਕਾਂ ਨਾਲ ਲੱਗ ਕੇ ਤੁਰਾਂਗੇ ਸਹੀ ਕੰਮ ਕਰਾਂਗੇ ਤਾਂ ਆਪਣੇ ਨਾਲ ਵੀ ਕੱਲ ਨੂੰ ਫਿਰ ਸਾਰੇ ਤੁਰਨਗੇ ਨਾ ਜੇ ਆਪਾਂ ਆਪਣੇ ਲੋਕਾਂ ਨੂੰ ਆਪਦੇ ਉਲਟ ਕਰਾਂਗੇ ਜਾਂ ਆਪਦੀ ਉਹ ਕਰਾਂਗੇ ਆਪਦੀ ਚਲਾਵਾਂਗੇ ਤਾਂ ਉਹ ਗਲਤ ਹੋ ਜੂਗਾ ਆਲ ਦਾ ਕੋਈ ਵੀ ਅਸੂਲ ਥੂਪਣਾ ਮਾੜੀ ਗੱਲ ਆ ਜਿਹੜੇ ਬੰਦੇ ਹੁਣ ਕਈ ਜਨੇ ਬਾਜ਼ੀਆਂ ਐ ਕਰ ਲਓ ਯਾਰ ਜਿਨ੍ਹਾਂ ਨੇ ਮਹੀਨਾ ਮਹੀਨਾ ਪਹਿਲਾਂ ਬਾਦਾਮ ਪਾਉਣ ਲੱਗ ਗਏ ਵਿਚਾਰੇ ਜਿਨ੍ਹਾਂ ਨੇ ਕੱਢ ਲਏ ਕਬੂਤਰ ਯਾਰ ਉਹਨਾਂ ਆ ਸਾਲ ਤਾਂ ਛੱਡੋ ਗਾਹਾਂ ਵਾਲੇ ਸਾਹਿਬ ਤੋਂ ਹੱਕ ਆ ਵੀ ਚਲ ਜੇ ਕਰਨਾ ਤੁਸੀਂ ਗਾਹਾਂ ਵਾਲੇ ਸਾਹਿਬ ਤੋਂ ਰੂਲ ਕਰ ਲਓ ਅੱਲੀ ਗੱਲ ਦਾ ਕਲੱਬ ਵਾਲਿਆਂ ਨੇ ਸਾਰੇ ਨੇ ਆਪਦੇ ਆਪ ਦੇ ਬਣਾਏ ਹੋਏ ਆ ਜੋ ਕੋ ਖੁੱਲੀ ਹੁੰਦੀ ਹੈ ਉਹੀ ਕਰਾ ਰਹੇ ਆ ਬੰਦੇ ਜਿਹੜੇ ਕਦੇ ਕਿਤੇ ਖੁੱਲੀ ਬਾਜੀ ਕਰਾਉਣ ਵਾਲਾ ਕੰਮ ਆ ਉਹਦਾ ਰੌਲਾ ਤਾਂ ਪੈਂਦਾ ਸੀ ਬਾਈ ਸਾਰੇ ਬੰਦੇ ਗੱਲ ਵੀ ਹੈ ਤਾਂ ਹੀ ਕਹਿੰਦੇ ਕਰੋਨਾ ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਸਿੱਖਿਆ ਦੁਨੀਆ ਨੇ ਵੀ ਸਿੱਖਿਆ ਆਪਾਂ ਕਬੂਤਰ ਵਾਲਿਆਂ ਨੇ ਵੀ ਸਿੱਖਿਆ ਕਿੰਨੇ ਰੂਲ ਸ਼ੂਲ ਉਦੋਂ ਬਾਅਦ ਬਣ ਗਏ ਕਿਵੇਂ ਪਤਾ ਲੱਗਿਆ ਆਪਾਂ ਨੂੰ ਕਿ ਕਬੂਤਰ ਨਾਲ ਦੋ ਬੰਦੇ ਜਾਂ ਕੁਝ ਵੀ ਰੋਟੀ ਪਾਣੀ ਦਾ ਜਾਂ ਕੋਈ ਜਿਹੜਾ ਬਾਜ਼ੀਆਂ ਦੇ ਉੱਤੇ ਪ੍ਰਬੰਧ ਹੁੰਦਾਗਾ ਕਬੂਤਰਾਂ ਦੇ ਛੋਟਦੇ ਆ ਜਾਂ ਢਾਂਗੀਆਂ ਲੱਗਦੀਆਂ ਕੁਛ ਵੀ ਆ ਕਰੋਨਾ ਨੇ ਸਤਾਇਆ ਆਪਾਂ ਨੂੰ ਸਿੱਖਣਾ ਆਪਾਂ ਨੂੰ ਬਹੁਤ ਪਹਿਲਾਂ ਸਾਈਦਾ ਸੀ ਮੈਂ ਉਹਦਾ ਗੱਲ ਕਰੀ ਮੇਰੇ ਮਗਰ ਬਹੁਤ ਬੰਦੇ ਦੇ ਫੋਨ ਆਏ ਮੈਨੂੰ ਯਾਰ ਤੂੰ ਕਾਹਨੂੰ ਪੰਗਾ ਲੈਣਾ ਤੂੰ ਕਾਹਨੂੰ ਗੱਲ ਕਰਨੀ ਮਹਾ ਬਾਈ ਖਿਡਾਰੀ ਕਹਿੰਦੇ ਆ ਖਿਡਾਰੀਆਂ ਦੇ ਮੇਰਾ ਹੱਕ ਆ ਯਾਰ ਮੈਂ ਲੋਕਾਂ ਸਾਹਮਣੇ ਗੱਲ ਰੱਖਣੀ ਰੈ ਰੱਖਣੀ ਠੀਕ ਆ ਮੈਨੂੰ ਤਾਂ ਜਿਵੇਂ ਜਿਵੇਂ ਤੁਸੀਂ ਕਹਰੋਗੇ ਆਪਾਂ ਤਾਂ ਰੈ ਰੱਖ ਦੇਣੀ ਆ ਮੰਨਣਾ ਨਾ ਮੰਨਣਾ ਕਿਸੇ ਨੇ ਹੁੰਦਾ ਹਨਾ ਅਸੀਂ ਤਾਂ ਸਾਰਿਆਂ ਦੇ ਸਾਹਮਣੇ ਆ ਬਾਈ ਇੱਕ ਤਰ੍ਹਾਂ ਦੇ ਛੜੀ ਤਾਂ ਸਾਰਿਆਂ ਨਾਲ ਤੇ ਗੱਲ ਇਹ ਆ ਵੀ ਅਸੀਂ ਵੀ ਇਹੀ ਕਹਿੰਦੇ ਸੀ ਸਾਰੇ ਬੰਦੇ ਇਹੀ ਕਹਿੰਦੇ ਵੀ ਇੱਕ ਪ੍ਰਾਣ ਤੋਂ ਬਾਅਦੀਆਂ ਸ਼ੁਰੂ ਹੋ ਜਾਣ ਵਧੀਆ ਗੱਲ ਆ ਗਾਹਲੇ ਸਾਲ ਤੋਂ ਕਰ ਲਓ ਐਤਕੀ ਦਾ ਜਿਹੜਾ ਕੁਝ ਛੱਡਨੇ ਆ ਬੰਦੇ ਦੀ ਮਜਬੂਰੀ ਯਾਰ ਵਿਚਾਰਿਆਂ ਦੀ ਤੇ ਕੂਪਟਰ ਵੀ ਸਾਂਭਿਆ ਨਾ ਮਹੀਨਾ ਹੋ ਗਿਆ ਕੱਢੀ ਜਾਂਦੇ ਨੇ ਵਿਚਾਰਿਆਂ ਨੂੰ ਬਦਾਮ ਪਾਈ ਜਾਂਦੇ ਨੇ ਤੇ ਗਾਹਲੇ ਸਾਲ ਤੋਂ ਕਰ ਲਿਓ ਉਹ ਗਲਤ ਗੱਲ ਆ ਜਿਹੜੇ ਬੰਦੇ ਐਤਕੀ ਖਰਾਬ ਕਰਨ ਲੱਗ ਗਏ ਉਹਨਾਂ ਦੀ ਮਾੜੀ ਗੱਲ ਆ ਗਈ ਜੇ ਹੁਣ ਤੋੜੇ ਨਹੀਂ ਕੱਢੇ ਵੇ ਤਾਂ ਮਤਲਬ ਇਹ ਥੋੜਾ ਯਾਰ ਵੀ ਦੂਜਾ ਨੁਕਸਾਨ ਕਰਨਾ ਗਾਹਲੇ ਸਾਲ ਤੋਂ ਕਰੋ 1 April ਦਾ ਮਤਲਬ ਇਹ ਸੀ ਵੀ ਚਲ ਦਿਨ ਠੀਕ ਹੋ ਜਾਂਦੇ ਆ ਇੱਕੋ ਕੁਛ ਲੋਕ ਚਲ ਕੰਮਕਾਰਾਂ ਚ ਪੈ ਜਾਂਦੇ ਸਰੋਂ ਸਰੋਂ ਚ ਵੱਢਣ ਕਰਨ ਲੱਗ ਜਾਂਦੇ ਆ ਜਾਂ ਕਿਵੇਂ ਹਨਾ ਵੀ ਉਹਦੇ ਕਬੂਤਰ ਕਿਉਂਕਿ ਹੁਣ ਮੌਸਮ ਜਦੋਂ ਚੜ੍ਹਦਾ ਹੁੰਦਾ ਨਾ ਉਹ ਕਬੂਤਰ ਵੀ ਬਾਲੇ ਹੋਣ ਲੱਗ ਜਾਂਦੇ ਆ ਦੋ ਦੋ ਕਬੂਤਰ ਹੋਣ ਲੈ ਮੁੜ ਕੇ ਕਲੇਸ਼ ਪੈਂਦਾ ਸਾਡਾ ਕਬੂਤਰ ਨਹੀਂ ਛੜਾਇਆ ਸਾਡੀ ਐਂਟਰੀ ਲਈ ਫਲਾਨਾ ਨਹੀਂ ਕਰਿਆ ਤੇ ਹੁੰਕ ਨਹੀਂ ਕਰਿਆ ਤੁਹਾਨੂੰ ਪਤਾ ਹੀ ਨਾ ਮਜਬੂਰੀਆਂ ਬਣ ਜਾਂਦੀਆਂ ਬੰਦੇ ਦੀਆਂ ਫਿਰ ਇੱਕ ਦੂਜੇ ਦੇ ਫੋਨ ਆਉਂਦੇ ਫਿਰ ਅਗਲਾ ਕਹਿੰਦਾ ਯਾਰ ਦੋ ਇੰਨੇ ਛੜਾਏ ਇੱਕ ਹੋਰ ਸੀ ਇੱਕ ਹੋਰ ਸੀ ਹਾਂ ਬੜੀ ਜਾਂਦਾ ਫਿਰ ਕੀ ਹੁੰਦਾ ਹੁਣ ਆ ਫਰਵਰੀ ਮਾਰਚ ਦੇ ਦੇਣਾ ਇਹ ਜਿਆ ਤੁਹਾਨੂੰ ਪਤਾ ਕਿੰਨੇ ਠੰਡੇ ਘਰੇ ਨਹੀਂ ਕਬੂਤਰ ਬੈੰਦੇ ਵਿੱਚ ਤਾਂ ਬੰਦੇ ਦੇ ਕਾਰਨ ਕੀ ਆ ਉੱਥੇ ਬਾਈ ਤੁਸੀਂ ਐਸਾ ਲੋ 100 ਕਬੂਤਰ ਛੁੱਟ ਗਿਆ 80 ਰਹਿ ਗਏ ਦੋ ਦੋ ਛਤਰੀਆਂ ਤਾਂ ਪੱਕੀਆਂ ਇੱਕ ਇੱਕ ਛਤਰੀ ਤਾਂ ਪੱਕੀ ਹੋਈ ਜਾਣੀ ਦੋ ਦੋ ਵੀ ਲੱਗ ਜਾਂਦੀਆਂ ਫਿਰ ਕਿਸੇ ਮੇਰੇ ਭਰਾ ਦੇ ਘੁੰਗਰੂ ਲਾਏ ਵੇ ਕਿਸੇ ਦੇ ਕਿਵੇਂ ਸ਼ੌਂਕ ਆ ਵੱਖੋ ਵੱਖਰਾ ਨਾ ਜਿਵੇਂ ਕਿਸੇ ਦਾ ਜੀ ਕਰਿਆ ਉਹਵੇਂ ਗਝਾਲੇ ਫਿਰ ਉੱਥੇ ਉਹ ਖੜਕਦੇ ਆ ਫਿਰ ਤੁਹਾਨੂੰ ਪਤਾ ਹੀ ਆ ਵੀ ਬਾਜਾਂ ਵੀ ਮਾਰਦੇ ਆ ਕਬੂਤਰਾਂ ਨੂੰ ਆਪਾਂ ਇਹਦਾ ਧਾਰਾਂ ਦਾ ਟਾਈਮ ਹੋ ਜਾਂਦਾ ਕਿਸੇ ਦਾ ਕਿਵੇਂ ਕਿਸੇ ਦਾ ਦੁੱਖ ਦਾ ਸੁੱਖ ਦਾ ਸੋਗ ਗੱਲ ਦੇਖਣੀ ਪੈਂਦੀ ਆ ਆਪਾਂ ਨੂੰ ਜੇ ਆਪਣਾ ਜੇ ਕਿਸੇ ਨੇ ਇੱਕ ਇੱਕ ਪਾਸ ਪਿੰਡ 'ਚ ਵੀ ਵਿਰੋਧ ਹੋ ਗਿਆ ਦੋਜੇ ਹੋ ਗਿਆ ਨਾ ਇਹ ਵਿਰੋਧ ਹੋਣ ਲੱਗ ਜੂ ਮੁੜ ਕੇ ਝੱਕੋਗੇ ਤੁਸੀਂ ਇਹ ਆਪਣੇ ਉਲਟ ਹੋ ਜਾਣਾ ਲੋਕਾਂ ਨੇ ਯਾਦ ਰੱਖਿਓ ਗੱਲ ਇਹ ਤੇ ਕਿਉਂਕਿ ਸਬਰ ਦਾ ਬੰਨ ਟੁੱਟ ਜਾਂਦਾ ਹੁੰਦਾ ਬੰਦੇ ਦਾ ਕਿੰਨਾ ਕ ਚਿਰ ਸਬਰ ਕਰੇ ਅਗਲਾ ਹਨਾ ਆਪਾਂ ਆਪਦੀ ਬਾਜੀ ਆਪਾਂ ਤਾਂ ਛੱਡ ਕੇ ਮੋੜਿਆ ਹੁਣਾ ਬਾਅਦ 'ਚ ਅਗਲੇ ਨੇ ਸਾਰੀ ਉਮਰ ਪਿੰਡ 'ਚ ਰਹਿਣਾ ਅਗਲੇ ਦਾ ਫਕਾੜ ਪਾਹਿੰਦਾ ਵੀ ਇਹਨੇ ਯਾਰ ਬਾਜੀ ਛੱਡਾ ਕੇ ਗੰਦ ਪਵਾਤਾ ਜ ਐ ਕਰਤਾ ਹਨਾ ਰੌਲਾ ਪੈ ਗਿਆ ਤੇ ਆਪਰ ਉਹ ਗੱਲ ਤੋਂ ਕਹਿਣਾ ਵੀ ਚਲ 1 ਅਪ੍ਰੈਲ ਤੋਂ ਬਾਜ਼ੀਆਂ ਹੋਣ ਲੱਗ ਜਣ ਗਾਹਾਂ ਨੂੰ ਵੀ ਵੈਸੇ ਤਾਂ ਹੁਣ ਕਲੱਬ ਬਣ ਗਏ ਕਲੱਬ ਵਾਲਿਆਂ ਦਾ ਸਾਰੇ ਰੂਲ ਬਣਾ ਲਏ ਆਪਦੇ ਜੋ ਕੋ ਖੁੱਲੀਆਂ ਬਾਜ਼ੀ ਕਰਾਉਂਨ ਉਹਨਾਂ ਨੂੰ ਵੀ ਮੇਰੇ ਭਰਾਵਾਂ ਨੂੰ ਅਪੀਲ ਆ ਕਲੱਬ ਵਾਲਿਆਂ ਦਾ ਕਰ ਹੀ ਲੈ ਸਿਸਟਮ ਇਹ ਕਿਉਂਕਿ ਉਹ ਤਾਂ ਹੁਣ ਸਾਰੇ ਲੋਕ ਦੀਆਂ ਬਾਜ਼ੀਆਂ ਛਡਾਉਂਦੇ ਆ ਤੇ ਦੂਜੀਆਂ ਵੀ ਜੇ ਛਡਾਉਣੀਆਂ 13 ਅਪ੍ਰੈਲ ਤੋਂ ਬਾਅਦ ਸ਼ੁਰੂ ਹੁੰਦੀਆਂ ਕਲੱਬ ਵਾਲਿਆਂ ਨੇ ਸਾਰਿਆਂ ਦੀਆਂ ਬਾਜ਼ੀਆਂ ਦੂਸਰ ਕੋਈ ਬਾਜ਼ੀਆਂ ਤੇ ਦੂਸਰਾ ਪੈਂਦੀ ਆ ਨਹੀਂ ਉਹਦੋਂ ਲੋਕ ਚੱਲ ਪੈਂਦੀ ਆ ਉਹਦੇ 'ਚ ਆਪਣਾ ਫਾਇਦਾ ਜੇ ਹੁਣ ਆਪਾਂ ਪਹਿਲੇ ਹੀ ਸ਼ੁਰੂ ਕਰ ਦਾਂਗੇ ਜਦੋਂ ਆਪਣਾ ਚੰਗਾ ਟਾਈਮ ਆਉਂਦਾ ਮੰਨ ਕੇ ਚਲੋ ਟਰੈਕਟਰ ਮੋਟਰਸਾਈਕਲ ਵਾਲੀਆਂ ਬਾਜ਼ੀਆਂ ਆਉਂਦੀਆਂ ਵਧੀਆ ਨਾਮ ਦਿੰਦੇ ਆ ਪਿੰਡਾਂ ਦੇ ਵਿਚਾਰੇ ਇੰਨੇ-ਇੰਨੇ ਰੁਪਈਆ ਖਰਚਦੇ ਆ ਉਹ ਬਾਜ਼ੀਆਂ ਬਲੇ ਨੂੰ ਫਿਰ ਆਪਣੀ ਜਿਹੜੀ ਬਰੋੜ ਹੋਣਾ ਸ਼ੁਰੂ ਹੋ ਜਾਂਦਾ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਵਿੱਚ ਕਬੂਤਰ ਬਾਜ਼ ਆਪਸ ਵਿੱਚ ਹੀ ਕਲੇਸ਼ ਕਰਕੇ ਬਹਿ ਜਾਂਦੇ ਆ ਦੂਸਰਾ ਪਿੱਛੇ ਜਾਂ ਕਿਵੇਂ ਹੈਣਾ ਉਹ ਗੱਲਾਂ ਦੇ ਮਾਰੇ ਕਹਨੇ ਆ ਵੀ ਆਪਾਂ ਪਹਿਲੇ ਹੀ ਨਾਲ ਦਾ ਖੇਡ ਖਰਾਬ ਕਰਿਆ ਕਰੋ ਸਮਾਂ ਸਹੀ ਆਉਂਦਾ ਜਦੋਂ ਉਹਨੂੰ ਆਪਾਂ ਪੱਟੀ ਮੇਸ਼ ਕਰ ਲਈਏ ਆਪਾਂ ਆਪਦੀ ਤੇ ਤੁਹਾਨੂੰ ਪਤਾ ਹੈ ਜਿਹੜੀਆਂ ਹੁਣ ਫਰਵਰੀ ਮਾਰਚ ਦੀਆਂ ਬਾਜ਼ੀਆਂ ਹੁੰਦੀਆਂ ਨੇ ਕੋਈ ਇਹ ਤੇ ਕੋਈ ਟਰੈਕਟਰ ਜਾਂ ਮੋਟਰਸਾਈਕਲ ਜਾਂ ਕੋਈ ਨਾਮ ਤਾਂ ਹੈ ਨਹੀਂ ਵਾਲੀ ਗੱਲ ਨਹੀਂ ਠੀਕ ਆ ਇਹ ਤਾਂ ਕਹਾਂ ਵੀ ਕੁਝ ਸ਼ੌਂਕ ਲਾ ਲੋ ਕੁਝ ਜਵਾਕਾਂ ਨੂੰ ਐ ਹੁੰਦਾ ਵੀ ਵਿੱਚ ਬੰਦੇ ਨੂੰ ਕਈਆਂ ਨੂੰ ਭਾਈ ਕਬੂਤਰਾਂ ਦਾ ਵੀ ਲਾਲਚ ਹੋ ਜਾਂਦਾ ਵੀ ਚਲ ਕਿਸੇ ਕੋਲ ਨਹੀਂ ਅਗਲਾ ਕਹਿੰਦਾ ਯਾਰ 5-7 ਜਿਹੜੇ ਆਉਣਗੇ ਉਹੀ ਸਹੀ ਕੋਈ ਵੱਖਰੋ ਵੱਖਰੀ ਸੋਚ ਆ ਹਨਾ ਕਿਉਂਕਿ ਕਿਸੇ ਟਾਈਮ ਹੁਣ ਮੇਰੇ ਕੋਲ ਵੀ ਹੈ ਨਹੀਂ ਸੀ ਕਬੂਤਰ ਭਾਈ ਕੀਪਰ ਤਾਂ ਮੇਰੀ ਵੀ ਸੋਚ ਇਹੀ ਹੋਵੇ ਵੀ ਹਾਂ ਜੇ ਜੇ ਬਾਜੀ ਸੂਟ ਤਾਂ ਪੰਜ ਚਾਰ ਇਕੱਠੇ ਕਰਾਂਗੇ ਵੱਟੇ ਬੰਦੇ ਉਹ ਚੀਜ਼ ਵੀ ਲੈ ਕੇ ਚਾਲਦੇ ਆ ਸਾਰਾ ਅੱਡੋ-ਅੱਡ ਮਾਨ ਅੱਡੋ-ਅੱਡ ਸੋਚਣੀ ਆ ਮੈਂ ਕੁਝ ਹੋਰ ਸੋਚਦਾ ਹਾਂ ਕੋਈ ਹੋਰ ਸੋਚਦਾ ਪਰ ਆਪਾਂ ਇਸ ਪਲੇਟਫਾਰਮ ਤੇ ਇਕੱਠੇ ਹੋਈਏ ਪਰ ਗਲਤ ਗਾਇਡ ਨਾ ਕਰੋ ਵੀ ਜੀ ਦੁੱਥਣਾ ਬੰਦ ਕਰਾਉ ਨੂੰ ਕਹਿੰਦੇ ਆ ਲੋਕ ਫਲਾਨਾ ਕੋਈ ਨਹੀਂ ਕਹਿੰਦਾ ਬਾਈ ਵਧੀਆ ਗੱਲਾਂ ਹੋਈ ਜਾਂਦੀਆਂ ਬਾਜ਼ੀਆਂ ਜਿਵੇਂ ਵਧੀਆ ਚੀਜ਼ ਆ ਸ਼ੌਂਕ ਆ ਨਸ਼ੇ ਪੱਤੀ ਤੋਂ ਬਚੇ ਹੋਏ ਕੋਈ ਮਾੜੇ ਚੰਗੇ ਪਹਿਲਾਂ ਤੋਂ ਚੋਰੀ ਠੱਗੀ ਤੋਂ ਲੋਕ ਬਚੇ ਹੋਏ ਬਹੁਤ ਵਧੀਆ ਸਿਸਟਮ ਆ ਆਪ ਦਾ ਕਿੰਨੇ ਮੁੰਡੇ ਵਿਚਾਰੇ ਸਹੀ ਕੰਮ ਤੇ ਚੱਲਦੀ ਜਾਂਦਾ ਸ਼ੌਂਕ ਕਰੀ ਜਾਂਦਾ ਨਾਲ ਆਪ ਦਾ ਕੰਮ ਕਰਦੇ ਘਰਾਂ ਦਾ ਕਿੰਨੇ ਮੁੰਡੇ ਜਿੰਨੇ ਕਬੂਤਰ ਬਾਜ ਨੇ ਕੋਈ ਡੇਰੀ ਫਾਰਮ ਪਾਈ ਬੈਠਾ ਕੋਈ ਡੇਰੀਆਂ ਪਾਈ ਬੈਠਾ ਕੋਈ ਆਪ ਦਾ ਮੋਟਰਸਾਈਕਲਾਂ ਦਾ ਕਰਦਾ ਕੋਈ ਆਪ ਦਾ ਸਟੂਡੀਓ ਦਾ ਕਰਦਾ ਕੋਈ ਆਪਣੀ ਦੁਕਾਨ ਕਰਦਾ ਕੋਈ ਕਿਵੇਂ ਕੋਈ ਖੇਤੀ ਕਰਦਾ ਸਾਰਿਆਂ ਦਾ ਢੋ ਅੱਡ ਕਾਰੋਬਾਰ ਤੇ ਬੰਦੇ ਸ਼ੌਂਕ ਵੀ ਨਾਲ ਕਰ ਰਹੇ ਆ ਕਾਰੋਬਾਰ ਦੇ ਨਾਲ-ਨਾਲ ਸ਼ੌਂਕ ਚਲਾ ਰਹੇ ਆ ਤੇ ਸ਼ੌਂਕ ਬਿਜ਼ਨਸ ਵੀ ਆ ਬੰਦੇ ਕਬੂਤਰ ਵੇਚਦੇ ਵੀ ਆ ਖਰੀਦਦੇ ਵੀ ਆ ਠੀਕ ਆ ਬਹੁਤ ਗੱਲਾਂ ਚੱਲਦੀਆਂ ਨੇ ਕਈ ਬੰਦੇ ਬਾਜ਼ੀਆਂ ਜਿੱਤ ਕੇ ਵਿਚਾਰੇ ਉਹਨਾਂ ਦਾ ਘਰ ਵੀ ਚੱਲਦਾ ਬਾਜ਼ੀਆਂ ਜਿੱਤਨ ਨਾ ਤੇ ਕਿਸੇ ਨੂੰ ਕਿਸੇ ਪ੍ਰਤੀ ਮਾੜਾ ਨਾ ਬੋਲੋ ਚੰਗਾ ਨਾ ਉਹ ਕਰੋ ਵੀ ਹਾਂ ਉਹ ਇੱਕ ਬੰਦੇ ਦੇ ਬਾਦ ਹੀ ਪੈਣਾ ਆਪਾਂ ਜਾ ਉਹਨੂੰ ਹੀ ਮਾੜਾ ਕਹਿਣਾ ਇਹ ਵੀ ਮਾੜੀ ਗੱਲ ਆ ਆਪਣੀ ਸੁਣੋ ਸਭ ਦੀ ਕਰੋ ਮੰਨ ਦੀ ਹਨਾ ਤੇ ਮੈਂ ਤਾਂ ਇਹੀ ਕਹਿਣਾ ਸਾਰੇ ਬੰਦੇ ਦੀ ਅਪੀਲ ਵੀ ਇਹ ਵੀ ਇੱਕ ਪ੍ਰਾਇਰ ਤੋਂ ਬਾਈ ਗਾਂਹਲੇ ਸਾਲ ਤੋਂ ਕਰ ਲਓ ਐਦ ਕਿਤਾ ਚੱਲ ਜਿਹੜਾ ਕੁਝ ਹੋਏਗਾ ਠੀਕ ਹੈ ਜੀ ਕੋ ਖੁੱਲੀਆਂ ਬਾਜ਼ੀਆਂ ਕਰਾਉਂਦੇ ਐਂਟਰੀ ਵਾਲਿਆਂ ਦਾ ਆਪਾਂ ਨੂੰ ਪਤਾ ਹੀ ਆ ਸਾਰੇ ਬੰਦੇ ਸਹੀ ਕਰ ਲਿਆ ਨੇ ਸਿਸਟਮ ਤੇ ਇੱਕ ਲੈਂਦੀਆਂ ਅਮ ਇੱਕ ਤਰੀਕ ਤੋ ਕਰ ਲੋ ਠੀਕ ਆ ਹੁਣ ਜਿਹੜਾ ਚਲ ਜਿਹੜੇ ਬੰਦੇ ਨੇ ਕੱਢੇ ਵੈ ਯਾਰ ਉਹਨਾਂ ਦਾ ਵਿਚਾਰਿਆਂ ਦਾ ਨੁਕਸਾਨ ਨਾ ਕਰੋ ਠੀਕ ਆ ਕਿਸੇ ਬੰਦੇ ਦਾ ਘਰੀ ਕਬੂਤਰਾਂ ਤੋਂ ਚੱਲਦਾ ਵਿਚਾਰਿਆਂ ਦਾ ਬੱਚ ਇਹ ਜੇ ਬੰਦੇ ਵੀ ਹੈਗੇ ਆ ਨੁਕਸਾਨ ਨਾ ਕਰੋ ਪਰ ਆਪਸ ਵਿੱਚ ਹੀ ਬੈਸੋ ਵੀ ਨਾ ਵੀ ਜੇ ਉਹਨੇ ਕਹਤਾ ਉਹ ਗੱਲ ਨੂੰ ਪਹਿਲਾਂ ਸਮਝੋ ਜਾਂਚੋ ਕੋ ਗਫੜਤਾਲ ਕਰੋ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਆ ਕੀ ਕਹੀ ਆ ਐਮੀ ਨਾ ਕਿਸੇ ਦੀਆਂ ਸੁਣ ਕੇ ਕਹਜੋ ਵੀ ਦੂਸਰਾ ਬੰਦ ਕਰਾਉਂਦੇ ਆ ਜੀ ਦੂਸਰਾ ਵਾ ਦੂਸਰਾ ਦਸਰਾ ਕੋਈ ਨਹੀਂ ਬੰਦ ਨਾ ਇਹ ਹੋਣ ਨਾ ਮੰਨ ਹੁੰਦੀਆਂ ਉਹਨੂੰ ਪਤਾ ਹੀ ਹੁੰਦਾ ਜੇਠਾੜ ਚ ਵੀ ਦੂਸਰਾ ਪੈਨ ਲੱਗ ਗਿਆ ਕਿੱਥੋਂ ਬੰਦ ਕਰਾ ਦਾਂਗੇ ਆਪਾਂ ਹਣਾ ਮੌਸਮੀ ਇਹ ਹਜਾ ਹੁੰਦਾ ਜਾਂਦਾ ਤੇ ਬਾਕੀ ਰਹੀ ਗੱਲ ਬਾਜ਼ੀਆਂ ਦੀ ਮੈਂ ਤਾਂ ਕਹਣਾ ਯਾਰ ਇੱਕ ਬਾਜ਼ੀਆਂ ਦੇ ਰੋਟੀ ਪਾਣੀ ਦਾ ਪ੍ਰਬੰਧ ਤਾਂ ਪਹਿਲੀ ਗੱਲ ਤਾਂ ਜੇ ਨਾ ਵੀ ਕਰੀਏ ਤਾਂ ਅੰਮੀ ਕੋ ਚੱਕਰ ਨਹੀਂ ਹੁੰਦਾ ਜਿਹੜੇ ਹਿਸਾਬ ਨਾਲ ਕਲੱਬ ਬਣਾਣ ਗੱਗੇ ਦਾ ਮੰਨ ਲਓ ਦੂਰ ਜਾਣਾ ਹੁੰਦਾ ਸੀ ਬੰਦਿਆਂ ਨੇ ਹੁਣ ਤਾਂ ਸਭ ਨੇ ਆਪੋ ਆਪਣੇ ਏਰੀਏ ਦੇ ਕਲੱਬ ਬਣਾ ਲਏ ਬਾਈ 20 25 30 ਕਿਲੋਮੀਟਰ ਦੇ ਏਰੀਏ ਤੱਕ ਆਪਦੇ ਪਿੰਡ ਪਾਲੇ ਕਲੱਬ ਬਣਾ ਲਏ ਰੋਟੀ ਦਾ ਪ੍ਰਬੰਧ ਜੇ ਨਾ ਵੀ ਕਰਾਂਗੇ ਰੋਟੀ ਤਾਂ 200 ਕੱਢਦੇ ਆਪਾਂ ਅ ਉਹ ਵੱਡੀ ਗੱਲ ਨਹੀਂ ਹੈਗੀ ਇਹ ਠੀਕ ਆ ਜੇ ਕਰਨਾ ਵੀ 100 ਰੁਪਏ ਜਾਇਜ਼ ਆ ਜਮਾ ਯਾਰ ਦੋ ਬੰਦਿਆਂ ਦੇ ਦੋ ਬੰਦੇ ਆਉਂਦੇ ਆ ਬਾਜੀ ਦੇ ਉੱਤੇ ਰੋਟੀ ਖਵਾਉਣੀ ਆ ਤਾਂ 100 ਰੁਪਏ ਜਾਇਜ਼ ਆ ਜਮਾ 100 ਰੁਪਏ ਕੱਟੋ ਨਾਲ ਤਾਂ ਕਲੇਸ਼ ਨਹੀਂ ਪੈਂਦਾ ਜਦੋਂ ਪੈਸੇ ਵੱਧ ਜਾਂਦੇ ਆ ਉਹ ਪੈਸਿਆਂ ਤੇਸੀ ਰੋਲੇ ਪੈਂਦੇ ਐ ਐਂਟਰੀ ਆ ਐਂਟਰੀ ਦਾ ਸੀਗਾ ਸਾਡੇ ਮਾਣਾਂ ਦੇ ਵਿੱਚ ਪਹਿਲਾਂ ਐਸੀ ਐਂਟਰੀ ਪੱਤ ਦਾ ਫਲਾਣਾ ਧੌਕਾ ਜਿਹਨੇ ਛੱਡਣਾ ਯਾਰ ਉਹਨੇ 11000 ਵਾਲੀ ਤੇ ਵੀ ਛੱਡ ਲੈਣਾ ਸੀ ਤਾਂ ਦੇਖ ਲੈ ਤੇ ਯਾਰ ਬਾਗ ਕਰਕੇ 5 5000 ਵਾਲੀਆਂ ਬਾਜ਼ੀਆਂ ਤੇ 1.5 150 ਕਬੂਤਰ ਬਾਈ ਹੋਇਆ ਪਿਆ ਤੇ ਹੋਰ ਲਖਾਈ ਜਾਂਦੇ ਲੋਗ ਅੱਕੇ ਵੀ ਉਹ ਬੰਦੇ ਕਹਿੰਦੇ ਬਾਈ 150 200 ਜੇ 250 ਜੇ ਉਹ ਪਰਚੀਆਂ ਪਾਦਣੀ ਉਹਦੇ ਵਿੱਚ ਸੋਈ ਚੱਕਣੀ ਆ ਅਸੀਂ ਤਾਂ ਇਹੀ ਕਰਾਂਗੇ ਹੋਰ ਤਾਂ ਸਾਡੇ ਕੋਲ ਹਾਲ ਹੀ ਨਹੀਂ ਹੁਣ ਫੋਨ ਆਉਂਦਾ ਉਹ ਕਹਿੰਦੇ ਹਰੇਕ ਤਾਂ ਇੰਟਰ ਕਰ ਲੈਣਾ ਵੀ ਹੋ ਗਿਆ ਭਾਈ ਇੰਟਰ ਤੁਸੀਂ ਬਾਜੀ ਜਿੱਦੇ ਕੱਢਾਂਗੇ ਉਹਦੇ ਆ ਜਾਓ ਪਰਚੀਆਂ ਹੁਣ ਉਹ ਕੀ ਕਰਨ ਵਿਚਾਰੇ ਨਾ ਕਿਸ ਨੂੰ ਜਵਾਬ ਦੇ ਜਵਾਬ ਦਿੰਦੇ ਆ ਫੇਰ ਕਲੇਰ ਪੈਂਦਾ ਅਗਲਾ ਕਹਿੰਦਾ ਸਾਨੂੰ ਮੋੜਦਾ ਸਾਰਿਆਂ ਦਾ ਮੂੰਹ ਰੱਖੀ ਜਾਂਦਾ ਅਗਲਾ ਤੇ ਪਰਚੀਆਂ ਕੱਢ ਲੈਂਦਾ ਉਹ ਵੀ ਠੀਕ ਲੱਗਿਆ ਸਿਸਟਮ ਵੀ ਸਾਰਿਆਂ ਦੇ ਸਾਹਮਣੇ ਪਰਚੀਆਂ ਪੈਂਦੇ ਉਹਨੂੰ ਕਿਸੇ ਨੂੰ ਗੁੱਸਾ ਆਗਿਆ ਜਿਹੜਾ ਬੰਦਾ ਕਰਦਾ ਉਹਦੀ ਮਾੜੀ ਗੱਲ ਆ ਗੁੱਸਾ ਆਗਿਆ ਉੱਥੇ ਕੋਈ ਨਹੀਂ ਕਰਨਾ ਚਾਹੀਦਾ ਜਦੋਂ ਪਰਚੀਆਂ ਸਾਹਮਣੇ ਕੱਢ ਰੀਆਂ ਪਾ ਕੇ ਜਿਹਦੀ ਕਿਸਮਤ ਆ ਗਈ ਹਨਾ ਬਾਕੀ ਰੋਟੀ ਪਾਣੀ ਵਾਲਾ ਤੇ ਬਾਕੀ ਕਾਪੀ ਦੇ ਜਿਹੜਾ ਆਪਾਂ ਸਿਸਟਮ ਕਹਿੰਦੇ ਸੀ ਵੀ ਕਾਪੀ ਦੇ ਉੱਤੇ ਕਬੂਤਰ ਪਾਜਾਂਦੇ ਵਿੱਚੋਂ ਪੰਜ ਬੰਦੇ ਚੜ੍ਹੇ ਜਾਣ ਤੇ ਦੋ ਥਾਵਾਂ ਤੇ ਚੜਾਉਣੇ ਆ ਤਾਂ ਪੰਜ ਬੰਦੇ ਇੱਧਰ ਕਾਪੀ ਦੇ ਚੜਾ ਦਿਓ ਪੰਜ ਇੱਧਰ ਜਿਨ੍ਹਾਂ ਨੇ ਕਬੂਤਰ ਛੱਡੇ ਉਹਨਾਂ ਦੇ ਵਿੱਚੋਂ ਪੰਜ ਬੰਦੇ ਕੱਢ ਲਓ ਕਿਹੜੇ ਮਰਜੀ ਨਾਲੇ ਤਾਂ ਇਹਦੇ ਵਿੱਚ ਕਿਸੇ ਦਾ ਮਨ ਨਹੀਂ ਛੱਕੀ ਹੁੰਦਾ ਵੀ ਕਿਸੇ ਬੰਦੇ ਨੇ ਭਈ ਆਪਦਾ ਕੂਤਰ ਜਾਣਬੁੱਝ ਕੇ ਚੱਕਰਾਤਾ ਉਹੀ ਕਹਿਤਾ ਜਾਂ ਕਿਸੇ ਬੰਦੇ ਨੇ ਜਾਣਬੁੱਝ ਕੇ ਕਟਾਤਾ ਕੋਈ ਇਹੋ ਜੀ ਗੱਲ ਨਹੀਂ ਫਿਰ ਅਗਲੇ ਪੰਜ ਬੰਦੇ ਦੇਖ ਕੀ ਕਟਣਗੇ ਇੱਕ ਦੀ ਰਹਿ ਦੂਧ ਹੀ ਰਹਿ ਬਾਕੀ ਰਹੀ ਗੱਲ ਜਿਹੜਾ ਆ ਪਾ ਕਿਸੇ ਕਹੇ ਤੋਂ ਯਾਰ ਟੱਚ ਮਾਰਿਆ ਕੂਤਰ ਕੱਢਦੇ ਬਹੁ ਮਾਰੀ ਗੱਲ ਆ ਸਾਨੂੰ ਇਹ ਵਧੀਆ ਨਹੀਂ ਲੱਗੀਆਂ ਗੱਲਾਂ ਕਿਉਂਕਿ ਇੱਕ ਬੰਦੇ ਦਾ ਯਾਰ ਕਿਸੇ ਨੂੰ ਵੀ ਕਹਿ ਸਕਦਾ ਵੀ ਟੱਚ ਮਾਰ ਗਿਆ ਕਈ ਵਾਰੀ ਉਹਨੂੰ ਭੁਲੇਖਾ ਵੀ ਪਿਆ ਹੋ ਸਕਦਾ ਕਮ ਸੇ ਕਮ ਦੋ ਜਾਂ ਤਿੰਨ ਬੰਦੇ ਕਹਿਣ ਉਹ ਵੀ ਅੱਡੋ ਅੱਡ ਪਿੰਡਾਂ ਦੇ ਹੋਣ ਵੀ ਹਾਂ ਕਬੂਤਰ ਬਾਈ ਅਸੀਂ ਦੇਖਿਆ ਟੱਚ ਮਾਰਦਾ ਫੇਰ ਕਟੋ ਜਦੋਂ ਕੋਈ ਇੱਕ ਬੰਦਾ ਕਹਿੰਦਾ ਜਾਂ ਇੱਕ ਪਿੰਡ ਦੀ ਦੂਜਾ ਨੇ ਕਹਿੰਦਿਆ ਉਹ ਕਈ ਵਾਰੀ ਬਾਈ ਤੁਹਾਨੂੰ ਪਤਾ ਵਿਰੋਧ ਵੀ ਹੁੰਦਾ ਜਾਣ ਕੇ ਵੀ ਕਹਿੰਦੇ ਆ ਬਹੁਤ ਹਾਮਤ ਇਹ ਗੱਲ ਹੋਈ ਆ ਵੀ ਹਾਂ ਜਾਣ ਬੁੱਝ ਕੇ ਕਹਿ ਜਾਂਦੇ ਆ ਸੋ ਇਹ ਚੀਜ਼ ਆ ਬਾਕੀ ਐਂਟਰੀਆਂ ਦੀ ਗੱਲ ਕਰਦੇ ਸੀ ਆਪਾਂ ਐਂਟਰੀਆਂ ਦਾ ਹੁਣ ਆਇਆ ਦੁੱਖ ਕਿਉਂ ਹੁੰਦਾ ਇਸ ਗੱਲ ਦਾ ਵੀ ਘੱਟ ਮੋੜ ਬੱਚ ਬੰਦਿਆਂ ਨੂੰ ਆਏ ਆ ਵੀ ਜੇ 1500 2000 ਆਵੇ ਅਸੀਂ ਵੀ ਟਰੈਕਟਰ ਵਾਲੀ ਮੋਟਰਸਾਈਕਲ ਵਾਲੀ ਬਾਜੀ ਛੱਡ ਲਈਏ ਜੇ ਭਾਈ ਅਗਲਾ ਟਰੈਕਟਰ ਮੋਟਰਸਾਈਕਲ ਦਊਗਾ ਤਾਂ ਮੋਟ ਵੱਧ ਰੱਖਣ ਦਾ ਮਤਲਬ ਹੀ ਉਹਨਾਂ ਦਾ ਇਹ ਹੁੰਦਾ ਵੀ ਇੱਥੇ ਜਿਹੜੇ ਅਗਲੇ ਨੂੰ ਵੀ ਹੁੰਦਾ ਵੀ ਸਵਾਗ ਲਈਏ ਸਵਾਗ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਕਬੱਡੀਆਂ ਦੇ ਟੂਰਨਾਮੈਂਟ ਤੇ 2-2 ਲੱਖ ਰੁਪਈਆ ਨਾਮ ਰੱਖ ਦਿੰਦੇ ਆ ਉਹਨਾਂ ਦਾ ਵੀ ਮਤਲਬ ਹੈ ਜੇ ਹੁਣ 31000 21000 ਰੱਖ ਦਣ ਫਿਰ ਤਾਂ ਮੇਰੇ ਵਰਗਾ ਹਰੇ ਕੀ ਐਂਟਰੀ ਭਰ ਕੇ ਭਾਈ ਕਬੱਡੀ ਖੇੜਿਆ ਆ ਕਰੇ ਵੀ ਹਰਦੇ ਆ ਹਾਰ ਜੀ ਖੇਡਾਂਗੇ ਤਾਂ ਸਹੀ ਠੀਕ ਆ ਜਦੋਂ ਕੋ 2 ਲੱਖ ਜਾਂ ਲੱਖ ਰੁਪਇਆ ਨਾਮ ਰੱਖ ਦਿਆ ਕਬੱਡੀ ਵਾਲੇ ਉੱਥੇ ਕਾਰਨ ਕਿ ਉਹਨੇ ਵੀ ਤਗੜੇ ਖਿਡਾਰੀ ਆਉਣਗੇ ਆ ਠੀਕ ਆ ਮੋਟਰ ਹੰਗ ਰੱਖ ਦਿੰਦੇ ਉਹ ਤਗੜੇ ਖਿਡਾਰੀ ਆਪੇ ਆਉਣਗੇ ਕਿਉਂ ਲਾਲਚ ਹੋਿਆਂ ਦਾ ਵੀ ਆਂ ਯਰ ਉਹ ਚੀਜ਼ ਆ ਅਗਲੇ ਨੂੰ ਅਗਲਾ ਕਹਿੰਦਾ ਸਵਾਬ ਲਾਵਾਂਗੇ ਟਿੱਡੇ ਫਸਦੇ ਦੇਖਾਂਗੇ ਤੇ ਸਿੰਘ ਫਸਦੇ ਵੱਡੇ ਵੱਡੇ ਖਿਡਾਰੀਆਂ ਦੇ ਉਹ ਹੁਣ ਨਵੇਂ ਮੁੰਡੇ ਵੀ ਬਾਈ ਜਿੱਥੇ ਹੁਣ ਮੰਨ ਲਓ 20 ਬਾਜੀਆਂ ਛੱਡਣੀਆਂ ਜੇ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਆਪਾਂ 5000 ਛੱਡੇ ਉੱਥੇ 5 ਛੱਡ ਲਓ ਜੀ ਆਪਣੇ ਮਨ ਦੇ ਵਿੱਚ ਹੁਣ ਮੰਨ ਲਓ ਮੇਰੀ ਐਂਟਰੀ ਆ ਹੁਣ ਅਸੀਂ ਮੈਂ ਵਿੱਚ ਪਿਛਲੇ ਸਾਲ ਵੀ ਕਰਾਈ ਉਹਦੋਂ ਪਿਛੇ ਹਜ਼ਾਰ ਦੀ ਵੀ ਕਰਾਈਆਂ ਪੱਚ ਪੰਜ ਹਜ਼ਾਰ ਵਾਲੀਆਂ ਪਰ ਆਪਣਾ ਵੀ ਘੱਟ ਛੱਡ ਲਾਂਗੇ ਜੇ ਹੁਣ ਮਨ ਦੇ ਵਿੱਚ ਹਉਆ ਉੱਠਿਆ ਹੀ ਆ ਵੀ ਯਾਰ ਮਾ ਛੱਡਣੀ ਏ ਛੱਡਣੀ ਆ ਤਾਂ ਦੂਜੇ 1000 1000 ਵਾਲੀਆਂ ਉਹ ਜਿਹਾ ਬਾਈ ਘੱਟ ਛੱਡ ਲਾਂਗੇ 2000 ਵਾਲੀਆਂ ਅਸੀਂ ਹੁਣ ਇੱਕ ਕਲੱਬ ਦੇ ਵਿੱਚ ਸੀਗੀਆਂ ਅਸੀਂ ਉਹ ਬਾਜ਼ੀਆਂ ਐਦਕੀ ਕਰਾਈਆਂ ਨਹੀਂ ਐਂਟਰ ਵੀ ਨਾ ਪਏ ਨਹੀਂ ਕਰਾਉਣੀ ਆਪਾਂ ਉਦਰੀ ਦੇਖਦੇ ਆ ਯਾਰ ਦੋ ਤਿੰਨ ਬਾਜ਼ੀਆਂ ਵੱਡੀਆਂ ਦੇਖ ਲਾਂਗੇ ਠੀਕ ਆ ਪਿਛਲੇ ਸਾਲ ਲੋਕਡਾਊਨ ਸੀਗਾ ਉਹ ਸਾਲ ਉਹੀਆਂ ਨਹੀਂ ਦੋ ਤਿੰਨ ਬਾਜ਼ੀਆਂ ਪ ਤੇ ਚੱਕਰੇ ਆ ਵੀ ਜੀ ਹਰੇਕ ਦਾ ਕਰਦਾ ਪਰ ਹੁਣ ਜਿਹਦੇ ਬਾਜੀ ਕਰਾਉਂਦਾ ਉਹਦਾ ਵੀ ਜੀ ਕਰਦਾ ਹੁੰਦਾ ਵੀ ਆਪਾਂ ਸਿਸਟਮ ਬਣਾਈਏ ਠੀਕ ਆ ਫਿਰ ਜੇ 202100 ਮੋਟਰ ਰੱਖ ਦੂ ਫਿਰ ਬਾਈ ਅਗਲਾ ਕਹਿੰਦਾ 100 ਕਬੂਤਰੀ ਐਂਟਰ ਕਰਾਂਗੇ 100 ਦਾ ਬਾਈ ਪਹਿਲੀ ਹੀ ਐਂਟਰ ਹੋ ਜਾਂਦਾ ਫੋਨ ਤੇ ਫਿਰ ਜਦੋਂ 2000 ਵਾਲੀ 2100 ਵਾਲੀ ਬਾਜੀ ਹੁੰਦੀ ਹੈ ਨਾ ਤੱਕੜੇ ਖਿਡਾਰੀ ਪਹਿਲੀ ਚਾਰ-ਚਾਰ ਕਬੂਤਰ ਰਖਾਣ ਦੇ ਅਗਲਾ ਕਹਿੰਦਾ ਕੋਈ ਨਾ ਚੀਲੇ ਦਾ ਵੀ ਛੱਡ ਦਾਂਗੇ ਉਹਦਾ ਵੀ ਛੱਡ ਦਾਂਗੇ ਉਹਦਾ ਵਿੱਚ ਪੰਜ ਆਪਣੇ ਹੋਗੇ ਚਲੋ ਜੀ ਜਦੋਂ 5000 ਹੁੰਦੀ ਹੈ ਫਿਰ ਅਗਲਾ ਇੱਕ ਕਬੂਤਰੀ ਛੱਡਦਾ ਵਿਚ ਈਲੇ ਵਾਲਕਿਆਂ ਦੇ ਜਾਂ ਕਿਸੇ ਦੇ 20 25 ਲਿਖਾਉਂਦਾ ਨਹੀਂ ਨਹੀਂ ਅਗਲਾ ਲਿਹਾਜਾਂ ਵਾਲੇ ਦੇ ਵੀ ਲਿਖਾਉਂਦਾ ਵੀ ਲਿਖਾ ਦਿਓ ਵੀ 2100 ਜਾਂ ਕੋਈ ਤਾਂ ਇੱਕ ਅੱਧਾ ਆਊਗਾ ਹੀ ਆਪਣਾ ਸਰੇਚ ਚਲ ਨਾਲੇ ਮੋਟਰਸਾਈਕਲ ਟਰੈਕਟਰ ਆ ਜਾਊਗਾ ਉਹ ਚੀਜ਼ ਆ ਜਾਂਦੀ ਆ ਜੇ ਭਾਰਤੀਆਂ ਦਾ ਹਿਸਾਬ ਕਰਦਾ ਅਗਲਾ ਫਿਰ ਵੀ ਉੱਥੇ ਪੰਗਾ ਪੈਂਦਾ ਫਿਰ ਉਸੇ 2000 ਪਰਚੀ ਹੋ ਜੂ ਇਕੱਠੀ ਇੱਕ ਪਿੰਡ ਦੇ ਵਿੱਚ 10 10 ਬੰਦੇ ਕਬੂਤਰਬਾਜ਼ ਬਾਜ਼ੀਆਂ ਛੱਡਣ ਵਾਲੇ ਆ ਉੱਥੇ ਬਈ ਉਹਨਾਂ ਦਾ ਤਾਂ ਫਿਰ ਪਰਚੀ ਨਹੀਂ ਲੋਟ ਆਉਣੀ ਆ ਫਿਰ ਫਿਰ ਉੱਥੇ ਰੱਪੜ ਪਊਗਾ ਵਿੱਚ ਕੀ ਜਵਾਗ ਪਾਏ ਆਉਂਦੇ ਆ ਠੀਕ ਆ ਤੇ ਬਾਕੀ ਆ ਜਿਹੜਾ ਪਰਚੀਆਂ ਵਾਲਾ ਹੂਲਾ ਮੈਨੂੰ ਵਧੀਆ ਲੱਗਿਆ ਪਰ ਇੱਥੇ ਪਰਚੀ ਸਾਰੇ ਬੰਦੇ ਨੂੰ ਅਲਾਉ ਹੋਵੇ ਵੀ ਇੱਕ ਪਰਚੀ ਪਾਉਣੀ ਆ ਸੌਂਸਵਾ ਕੇ ਇੱਕ ਪਰਚੀ ਪਵਾਉ ਬੰਦੇ ਤੋਂ ਕਈ ਬੰਦੇ ਪਰਚੀਆਂ ਪੰਜ-ਪੰਜ ਛੱਡ ਦਿੰਦੇ ਆ ਫਲਾਣੇ ਦੇ ਨਾਂ ਤੇ ਧੌਂਕੇ ਦੇ ਨਾਂ ਤੇ ਅਗਲਾ ਕਹਿੰਦਾ ਪੰਜਾਂ ਚੋਂ ਇੱਕ ਅੱਧੀ ਤਾਂ ਨਿਕਲੂਗੀ ਵਿੱਚ ਇਹ ਵੀ ਦੇਖਿਆ ਸੁਣੀਆਂ ਵੀ ਆ ਗੱਲਾਂ ਬੰਦਿਆਂ ਤੋਂ ਜਿਹੜੇ ਬੰਦੇ ਪਰਚੀਆਂ ਕੱਢਦੇ ਉਹ ਆਪ ਦੱਸਦੇ ਆ ਕਹਿੰਦੇ ਯਾਰ ਕੀ ਕਰੀਏ ਬਾਈ ਪੰਜ-ਪੰਜ ਪਰਚੀਆਂ ਪਾ ਕੇ ਦੱਸ ਕਿਉਂਕਿ ਅਸੀਂ ਸਾਰੇ ਦੇ ਸਾਂਝੇ ਆ ਸਾਨੂੰ ਹਰੇਕ ਬੰਦੇ ਦਾ ਫੋਨ ਆਉਂਦਾ ਤੇ ਛੋਟੇ ਦਾ ਵੀ ਆਉਂਦਾ ਆਪ ਤੋਂ ਛੋਟੇ ਜਿਹੜੇ ਆਪਦੇ ਸੀਨੀਅਰ ਆ ਉਹਨਾਂ ਦਾ ਵੀ ਆਉਂਦਾ ਆਪਦੇ ਜੂਨੀਅਰ ਦਾ ਵੀ ਆਉਂਦਾ ਆਪਦੇ ਬਰਾਬਰ ਤੇਆਂ ਦਾ ਵੀ ਆਉਂਦਾ ਜਿਹੜੇ ਸਾਡੇ ਭਰਾਵਾਂ ਬਰਾਬਰ ਦੇ ਆ ਸਾਡੇ ਹਾਨ ਦੇ ਸਾਡੀ ਉਮਰ ਦੇ ਆ ਸਾਡੇ ਕਿ ਜਿੰਨੇ ਕਬੂਤਰਬਾਜ਼ ਨੇ ਠੀਕ ਆ ਉਹ ਵੀ ਫੋਨ ਲਾ ਕੇ ਕਮੀਆਂ ਖਾਮੀਆਂ ਕੋ ਖੂਬੀਆਂ ਜਾਂ ਕੋਈ ਗੱਲਾਂ ਦਾ ਦੱਸਦੇ ਰਹਿੰਦੇ ਵੀ ਆ ਯਾਰ ਬਾਜ਼ੀਆਂ ਤੇ ਜੇ ਐਵੇਂ ਹੋ ਜੇ ਸਿਸਟਮ ਵਧੀਆ ਬਣ ਜੇ ਆ ਗੱਲ ਹੋਵੇ ਤਾਂ ਵਧੀਆ ਬਣ ਜੇ ਪਰ ਬਿੱਲੀ ਦੇ ਗੱਲ ਟੱਲੀ ਪਾਉਣ ਵਾਲਾ ਕੰਮ ਆ ਆਪਣੇ ਕਬੂਤਰਬਾਜ਼ਾਂ ਦੇ ਮੂੰਹ ਨਹੀਂ ਸਿੱਧੇ ਹੁੰਦੇ ਦੂਜਾ ਬੰਦਾ ਸ਼ਰਮਾਂ ਦਾ ਡਰਦਾ ਰਹਿੰਦਾ ਅਗਲਾ ਕਹਿੰਦਾ ਯਾਰ ਇਹਨਾਂ ਹਣਾ ਅਗਲਾ ਇਹ ਚ ਇਹ ਮੰਨਦਾ ਮੇਰਾ ਭਰਾ ਪਹਿਲਾਂ ਸੋਚਿਆ ਕਰੋ ਫਿਰ ਬੋਲਿਆ ਕਰੋ ਦੇਖਿਆ ਕਰੋ ਵੀ ਹਣਾ ਬੰਦੇ ਦੀ ਆਪਣੇ ਨਾਲ ਗੱਲ ਕਿਦਾਂ ਦੀ ਜੇ ਕੋਈ ਗੱਲ ਨਹੀਂ ਚੰਗੀ ਲੱਗੀ ਆਪਾਂ ਉਹਨੂੰ ਪਰਸਨਲੀ ਫੋਨ ਲਾ ਲਓ ਵੀ ਹਾਂ ਹੁਣ ਜਦੋਂ ਮੈਂ ਇੰਟਰਵਿਊ ਕਰਦਾ ਸੀ ਉਦੋਂ ਮੈਨੂੰ ਬਹੁਤ ਬੰਦੇ ਨੇ ਪਰਸਨਲੀ ਫੋਨ ਲਾ ਕੇ ਆ ਬਈ ਯਾਰ ਤੂੰ ਦੂਸਰੀ ਵਾਰੀ ਨਾ ਮੈਂ ਬਈ ਮੈਂ ਦੂਸਰੀ ਵਾਰੀ ਨਹੀਂ ਕਿਹਾ ਪਰ ਉਹਨਾਂ ਨੂੰ ਸਮਝਾਇਆ ਮੈਂ ਕਿ ਮੈਂ 1 ਅਪ੍ਰੈਲ ਤੋਂ ਬਾਅਦ ਹੀ ਆ ਕਿਹਾ ਮੈਂ ਦੂਸਰੀ ਵਾਰੀ ਕੋਈ ਕਰਨੀ ਨਹੀਂ ਕਰੀ ਨਾ ਮੈਂ ਹੁਣ ਕਰਦਾ ਦੂਸਰਾ ਤੀਸਰਾ ਚੌਥਰਾ ਇਹਦਾ ਛੱਡ ਦਿੰ ਗਿਆ ਆਈਆਂ ਪਰ ਕੋਈ ਸੀਮਤ ਹੋਵੇ ਨਾ ਸਮਾਂ 1 ਅਪ੍ਰੈਲ ਤੋਂ ਚੱਲ ਪੋ ਹੁਣ ਪਿਛਲੇ ਸਾਲ ਵੀ ਹੁਣ ਦੇਖਿਆ ਹੀ ਆ ਪਹਿਲਾਂ ਵੀ ਬਾਗੀਆਂ ਸਟਾਰਟਿੰਗ 1 ਅਪ੍ਰੈਲ ਤੋਂ ਕਰ ਲੋ ਉਸ ਤੋਂ ਬਾਅਦ ਤਾਂ ਯਾਰ 80 ਕੱਤੇ ਤੱਕ ਵੀ ਛੱਡੀ ਜਾਂਦੇ ਆ ਆਪਣੇ ਬੰਦੇ ਆਪਾਂ ਦੇਖਿਆ ਹੀ ਆ ਕਾਰਨ ਕਿ ਉਹਦੇ ਕਬੂਤਰ ਵੀ ਘਟ ਜਾਂਦੇ ਆ ਬੰਦੇ ਕੋਲੇ ਉਦੋਂ ਫਿਰ ਤਾਂ ਕਹਿੰਦੇ ਵੀ ਉਦੋਂ ਸਵਾਰ ਵੀ ਆ ਰੋਕ ਟੋਕ ਵੀ ਕੋਈ ਨਹੀਂ ਹੁੰਦੀ ਪਹਿਲਾਂ ਕਬੂਤਰ ਵੀ ਵਾਦੇ ਹੁੰਦੇ ਆ ਬਾਈ ਸਾਰਿਆਂ ਕੋਲ ਕੱਡੇ ਹੁੰਦੇ ਆ ਕਬੂਤਰ ਫਿਰ ਇਹ ਕੀ ਛੱਡਣ ਲੱਗ ਜਾਂਦਾ ਫਿਰ ਚੱਕਰੇ ਕਹਨੇ ਆਪਾਂ ਵੀ ਮਗਰੋਂ ਉਹੋ ਜਿਹਾ ਮਗਰੋਂ ਸਮਾਂ ਆਪਾਨੂੰ ਵੱਧ ਮਿਲ ਜਾਂਦਾ ਪਹਿਲਾਂ ਆਪਾਂ ਸੀਮਤ ਸਾਰਾ ਅਪ੍ਰੈਲ ਦਾ ਇਕੱਲਾ ਮਹੀਨਾ ਜਿਹੜਾ ਵਧੀਆ ਉਸ ਤੋਂ ਬਾਅਦ ਚੱਲ 20 ਅਪ੍ਰੈਲ ਤੋਂ ਤਾਂ ਤੁਹਾਨੂੰ ਵਧੀਆ ਲੱਗਣੀ ਲੱਗ ਜਾਂਦੇ ਆ ਚੱਲ ਉਸ ਤੋਂ ਬਾਅਦ ਸਿਸਟਮ ਚੱਲ ਪੈਂਦਾ ਜਿਹੜਾ ਆਪਾਂ ਫਰਵਰੀ ਮਾਰਚ ਚ ਰੱਖਦੇ ਵਧੀਆ ਨਹੀਂ ਲੱਗਦੀਆਂ ਗੱਲਾਂ ਬਾਕੀ ਤੁਹਾਡੀ ਮਰਜ਼ੀ ਆ ਬਈ ਆਪਾਂ ਦਾ ਸੁਝਾਅ ਸੀਗਾ ਸਾਰੇ ਭਰਾਵਾਂ ਦਾ ਜਿਹੜਾ ਰੱਖਣਾ ਈ ਤੁਹਾਡੇ ਅੱਗੇ ਰੱਖਤਾ ਸਮਝਣਾ ਨਾ ਸਮਝਣਾ ਛੱਡਣਾ ਨਾ ਛੱਡਣਾ ਤੁਹਾਡੀ ਮਰਜ਼ੀ ਆ ਪਰ ਜਿਹੜੇ ਬੰਦੇ ਆ ਤੇ ਕੀ ਸਾਲੇ ਰੂਲ ਬਣਾਉਣ ਨੂੰ ਫਿਰਦੇ ਉਹਨਾਂ ਦੀ ਮਾੜੀ ਗੱਲ ਆ ਜਿਹਨੇ ਛੱਡਨੇ ਆ ਹਨ ਜਿੱਥੇ ਬਾਜ਼ੀਆਂ ਹੁੰਦੀਆਂ ਹੋਣਗੋ ਹਾਂ ਤੁਹਾਡੇ ਕਲੱਬਾਂ ਦਾ ਨਹੀਂ ਛਡਾਉਣੀਆਂ ਤੁਸੀਂ ਆਪਦਾ ਰੂਲ ਬਣਾਇਆ ਵਾ ਠੀਕ ਆ ਤੁਸੀਂ ਬਣਾਈ ਰੱਖੋ ਪਰ ਦੂਜਿਆਂ ਨੂੰ ਨਾ ਕਹੋ ਵੀ ਤੁਸੀਂ ਵੀ ਇਨਤਕੀ ਨਾ ਕਰਾਓ ਬਾਜੀ ਤੁਸੀਂ ਵੀ ਨਾ ਇਨਤਕੀ ਕਰਾਓ ਉਹ ਥੋੜੀ ਮਾੜੀ ਗੱਲ ਆ ਜੇ ਕੋਈ ਕਰਾਉਂਦਾ ਕਰਾਉਣ ਤੋਂ ਪਰ ਗਾਹਾਂ ਨੂੰ ਅਗਲੇ ਨੂੰ ਕਹੋ ਖਿਡਾਰੀ ਸੰਗਤੋਂ ਆਪ ਕਹੋ ਜਿਹੜੇ ਦੂਸਰਾਂ ਨੇ ਉਹ ਵੀ ਕਹੋ ਵੀ ਬਾਈ ਯਾਰ ਤੂੰ ਆਪਾਂ ਅਪ੍ਰੈਲ ਤੋਂ ਹੀ ਕਰਾਵਾਂਗੇ ਕਿਉਂਕਿ ਉਹਨਾਂ ਨੂੰ ਹੀ ਕੰਡੇ ਬੀਜੇ ਜਾਣੇ ਆ ਯਾਦ ਰੱਖਿਓ ਇਹ ਗੱਲ ਜਿਹੜੇ ਦੂਸਰਾਂ ਛੱਡਦੇ ਆ ਨਾ ਫਰਵਰੀ ਮਾਰਚ ਜਿਹੜੀਆਂ ਬਾਜ਼ ਇਹ ਹੌਲੀ ਹੌਲੀ ਕੰਡੇ ਉਹਨਾਂ ਨੇ ਬੀਜੇ ਜਾਨੇ ਉਹਨਾਂ ਨੂੰ ਹੀ ਚੁਗਣੇ ਪਣੇ ਆ ਬਾਅਦ ਕਿਉਂਕਿ ਤੁਹਾਨੂੰ ਦੂਸਰਾ ਸਾੜ ਦੇਣਾ ਤੁਹਾਨੂੰ ਪਤਾ ਕਬੂਤਰਾਂ ਦੇ ਭੇਦ ਕਬੂਤਰਾਂ ਲੈ ਜਾਂਦਾ ਦਾ ਘਰ ਦੇ ਦਾ ਭੇਤੀ ਜਿਹੜਾ ਘਰ ਤੇ ਹੀ ਦੇ ਸਕਦਾ ਘਰ ਦਾ ਹੀ ਉਹਨੂੰ ਮਰਵਾ ਸਕਦਾ ਘਰ ਦਾ ਹੀ ਉਹਨੂੰ ਯਾਰ ਮਿੱਤਰੀ ਆ ਜਿਹੜਾ ਭੇਤੀ ਉਹ ਮਰਵਾ ਸਕਦਾ ਭੇਤੀ ਨੂੰ ਇਹਦੇ ਸਾਰੇ ਗੱਲਾਂ ਪਤਾ ਹੁੰਦੀਆਂ ਵੀ ਇਹ ਚ ਖਮੀਆਂ ਕੀ ਆ ਕਿੱਥੋਂ ਇਹ ਦੱਬਿਆ ਜਾਊ ਕਿਹੜੀ ਇਹਦੇ ਚ ਘਾਟ ਆ ਕੀ ਕਮਜ਼ੋਰੀ ਆ ਕੀ ਇਹ ਗਲਤ ਕਰਦਾ ਕੀ ਸਹੀ ਤਾਂ ਕਰਕੇ ਕਹਣਿਆ ਵੀ ਜਿਹੜਾ ਆਪਾਂ ਕਿਸੇ ਦੇ ਆਪਾਂ ਇੰਨਾ ਵੀ ਨਾ ਹੋ ਕਰੋ ਕਿਸੇ ਨੂੰ ਟੌਰਚਰ ਵੀ ਅਗਲਾ ਆਪਣੀ ਖਿਲਾਫ ਹੀ ਹੋ ਜੇਵੇ ਸਿੱਧੇ ਤੌਰ ਤੇ ਤੇ ਤੁਹਾਨੂੰ ਪਤਾ ਹੀ ਹੈ ਬਾਕੀ ਹੁਣ ਦੂਸਰਾਂ ਨਾਲ ਜਿਹੜੇ ਸਾਹਮਦੇ ਆ ਵੀ ਮੈਂ ਕਿੱਥੇ ਗੱਲ ਕਰਨੀ ਚਾਹਣਾ ਕੀ ਕਹਿਣਾ ਚਾਹਣਾ ਤੇ ਵੀ ਪਿਆਰ ਨਾ ਰਹੋ ਹਨਾ ਤੇ ਜਿਹੜੀ ਗੱਲ ਕਰਨੀ ਹੈ ਢੰਗ ਨਾ ਕਰੋ ਤਰੀਕੇ ਨਾ ਕਰੋ ਨਿਮਰਤਾ ਨਾਲ ਨਿਮਰਤਾ ਬਹੁਤ ਵੱਡੀ ਚੀਜ਼ ਆ ਪਿਆਰ ਨਾ ਸਮਝਾਓ ਜਿਹੜੇ ਬੰਦੇ ਨੂੰ ਸਮਝਾਉਣਾ ਤੇ ਕੋਈ ਇਹੋ ਜੀ ਗੱਲ ਨਾ ਕਰੋ ਵੀ ਆਪਣਾ ਕੱਲ ਨੂੰ ਆਪਾਂ ਨੂੰ ਕੰਡੇ ਬੀਜੇ ਜਾਣ ਕੰਡੇ ਚੋਂ ਨੇ ਪੈਣ ਫਿਰ ਔਖਾ ਹੋ ਜੂਗਾ ਮਾ ਹਨਾ ਤੇ ਬਾਕੀ ਗਲਤੀ ਗਸਾਕੀ ਮਾਫ ਜੇ ਕਿਸੇ ਮੇਰੇ ਭਰਾ ਨੂੰ ਨਾ ਕੋਈ ਗੱਲ ਜਜੀ ਤਾਂ ਮੈਨੂੰ ਜਦੋਂ ਮਰਜ਼ੀ ਵੀਰੇ ਪਰਸਨਲੀ ਫੋਨ ਲਾ ਲੈ ਕੋਈ ਚੱਕਰ ਨਹੀਂ ਤੇ ਆਪਾਂ ਦੁਬਾਰੇ ਗਲਤੀ ਵੀ ਮੰਨਾਂਗੇ ਜੇ ਆਪਾਂ ਨੂੰ ਕਿਤੇ ਲੱਗਦੀ ਹੋਈ ਵੀ ਹਾਂ ਮੇਥੋਂ ਗਲਤੀ ਹੋਈ ਆ ਤਾਂ ਮੈਂ ਗਲਤੀ ਮੰਨੂ ਪਰ ਗਾਹਲੇ ਸਾਲ ਤੇ ਰੂਲ ਬਣਾਓ ਮੇਰਾ ਭਰਾ ਐਤ ਕੀ ਨਾ ਕਰਿਓ ਗਾਹਲੇ ਸਾਲ 1 ਅਪ੍ਰੈਲ ਤੋਂ ਕਰ ਲਿਓ ਤੇ ਬਾਕੀ ਕਲੱਬ ਤਾਂ ਹੁਣ ਬਣ ਹੀ ਗਏ ਪੱਕੀ ਬਣ ਕੇ ਕਲੱਬ ਹੁਣ ਪੱਕੀ ਰਹਿਣਗੇ ਜਿਹਦੇ ਜਿਹਦੇ ਬਣਾਏਗਾ ਕਿਉਂਕਿ ਉਹਨਾਂ ਨੂੰ ਐਤ ਕੀ ਸਵਾਦ ਆਉਣਾ ਗੱਲਾਂ ਦਾ ਗਾਹ ਨੂੰ ਆਪੀ ਹੋਰ ਹੋਰ ਸਿਆਣੇ ਹੋ ਜਾਣਗੇ ਜਿਹੜੇ ਪਿੰਡ ਨਹੀਂ ਵੀ ਉਹਨਾਂ ਨੇ ਵੀ ਬਣਾ ਲੈਣਾ ਜਦੋਂ ਅਗਲੇ ਨੂੰ ਮੂਹਰੇ ਬਾਜ਼ੀਆਂ ਛੱਡਣ ਨੂੰ ਬਾਜੀ ਨਾ ਮਿਲੀ ਕੋਈ ਤੇ ਬਾਕੀ ਬਾਲੀ ਗੱਲ ਨਾ ਕਰ ਦੇ ਖੇਮਾ ਦੇ ਜਾਜਕ ਆਸ੍ਰੀਕਾਲ ਆ ਜੀ ਸਾਰਿਆਂ ਨੂੰ